ਵਾਹ ਜੀ ਕੀ ਪ੍ਰਗਟ ਹੈ। ਸੋ ਵੀਰ ਜੀ ਹੁਣ ਬਹੁਤ ਵਧੀਆ ਵਿਚਾਰ ਦੱਸੇ ਹੈ ਅਤੇ ਪਰ ਕਈ ਗੱਲਾਂ ਮੈਨੂੰ ਨਵੀਆਂ ਹੀ ਪਤਾ ਲੱਗੀਆਂ ਜਿਹੜੀਆਂ ਇਹਨਾਂ ਨੇ ਦੱਸੀਆਂ ਉਹਨੂੰ ਕਦੀ ਵੀ ਸੁਣੀਆਂ ਹੀ ਨਹੀਂ ਜਿੱਦਾਂ ਹੁਣੇ ਦੱਸ ਰਹੇ ਜਿੱਦਾਂ ਵਿਚਾਰ ਜਿਹੜੇ ਮਹਾਂਪੁਰਸ਼ਾਂ ਨੇ ਵਿਚਾਰ ਦੱਸਦੇ ਜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਉਹ ਦਸ ਦਸ ਵਿਚਾਰ ਮਤਲਬ ਵੀ ਇੱਕ ਸ਼ਬਦ ਦੇ ਦਸ ਦਸ ਕਰਦੇ ਜੀ ਉੱਤਰ ਮਤਲਬ ਵੀ ਉਹਨਾਂ ਨੂੰ ਹਰ ਪੱਖ ਤੋਂ ਲੈਂਦੇ ਜੀ ਵੀ ਇਸੇ ਤਰ੍ਹਾਂ ਸ਼ਸਤਰਾਂ ਦੀ ਗੱਲ ਹੋਈ ਹੈ ਜਿਹੜੀ ਵੀ ਹੈ ਨਾ ਜਿੱਦਾਂ ਵੀ ਹੋਇਆ ਅਤੇ ਜਿਹੜੀ ਮੇਨ ਗੱਲ ਹੈ ਸਭ ਤੋਂ ਪਹਿਲਾਂ ਮੈਂ ਇਹੋ ਕਹਾਂਗਾ ਕਿ ਜਿਹੜੇ ਜਿੰਨੇ ਵੀ ਆਪਣੇ ਆਪਾਂ ਇੱਥੇ ਸਾਰੇ ਇਕੱਤਰ ਹੋਏ ਹਾਂ ਅਤੇ ਸਾਰਿਆਂ ਦਾ ਸਾਡਾ ਜਿਹੜਾ ਮੁੱਖ ਮਕਸਦ ਆ ਜਿਹੜਾ ਮੇਨ ਜਿਹੜਾ ਏਜੰਡਾ ਇਹੀ ਹੈ ਕਿ ਆਪਾਂ ਜਿਹੜਾ ਪੰਥ ਵਿਰੋਧੀ ਜਿਹੜੀਆਂ ਤਾਕਤਾਂ ਆ ਉਹਨਾਂ ਨੂੰ ਉਹਨਾਂ ਨੇ ਕਿਸ ਤਰ੍ਹਾਂ ਠੱਲ ਪਾਈ ਜਾਵੇ ਅਤੇ ਉਹਨਾਂ ਤੋਂ ਆਪਾਂ ਕਿੱਦਾਂ ਉਹਨਾਂ ਨੂੰ ਉੱਤਰ ਦੇਣੇ ਆ ਕਿਸ ਤਰ੍ਹਾਂ ਕਿਉਂਕਿ ਉਹਨਾਂ ਦਾ ਹਰੇਕ ਜੇ ਆਪਾਂ ਉਹਨਾਂ ਦੀ ਜਿਹੜੀ ਇਹ ਗੱਲ ਮੰਨਦੇ ਹਾਂ ਵੀ ਦਸਮ ਗ੍ਰੰਥ ਬਾਣੀ ਨਹੀਂ ਹੈ ਫਿਰ ਆਪਾਂ ਅਰਦਾਸ ਤੋਂ ਵੀ ਮਨੁੱਕਰ ਹੁੰਦੇ ਹਾਂ ਫਿਰ ਆਪਾਂ ਜਿਹੜੇ ਦੋਹਰੇ ਪੜ੍ਹਦੇ ਹਾਂ ਉਹਨਾਂ ਤੋਂ ਵੀ ਮਨੁੱਕਰ ਹੁੰਦੇ ਹਾਂ ਜਿੰਨੀਆਂ ਰਹਿਤਾਂ ਦੱਸੀਆਂ ਜਿੰਨੀਆਂ ਵੀ ਰਹਿਤਾਂ ਸਾਰੀਆਂ ਸਤਿਗੁਰ ਸ੍ਰੀ ਦਸਮ ਗ੍ਰੰਥ ਦੇ ਵਿੱਚ ਹੈ ਅਤੇ ਜੇ ਰਹਿਤ ਤੋਂ ਸਿੱਖ ਨੂੰ ਪਰੇ ਕਰ ਦਿੱਤਾ ਆਟੋਮੈਟਿਕਲੀ ਗੱਲ ਹੈ ਕਿ ਉਹ ਆਪਣੇ ਜੇ ਰਹਿਤ ਉਹ ਸਿੱਖ ਨਹੀਂ ਰਹਿ ਜਾਣਾ ਸਿੱਖ ਜੇ ਰਿਹਾ ਨਹੀਂ ਤਾਂ ਆਪਣੇ ਬਾਣੀ ਤੋਂ ਆਪਣੇ ਆਪ ਹੀ ਉਹ ਟੁੱਟ ਜਾਵੇਗਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਮੇਨ ਮਕਸਦ ਉਹਨਾਂ ਦਾ ਇਹੋ ਹੀ ਹੈ ਕਿ ਜਿਹੜੀ ਇਹਨਾਂ ਦੇ ਸੰਕੇ ਖੜ੍ਹੇ ਕਰਕੇ ਅਤੇ ਆਪਣਾ ਜਿਹੜਾ ਹੈਗਾ ਅਤੇ ਉਹਨਾਂ ਨੂੰ ਆਪਸ ਵਿੱਚ ਪਾੜਿਆ ਜਾਵੇ ਅਤੇ ਵੱਖਰੇ ਵੱਖਰੇ ਧਰੇ ਜਿਹੜੇ ਆ ਉਹ ਬਣਾ ਦਿੱਤੇ ਜਾਣ। ਸੋ ਮੈਂ ਬੋਲਣਾ ਤਾਂ ਨਹੀਂ, ਸੋ ਮੇਰੀ ਇਹੋ ਬੇਨਤੀ ਹੈ ਕਿ ਆਪਾਂ ਸਾਰੇ ਜਣੇ ਇਕੱਤਰ ਹੋ ਕਰਕੇ ਜਿਹੜੇ ਜਿੰਨੇ ਵੀ ਮੋਨਾ ਪਾਰਕ ਜਿਹਦੇ ਭਾਈ ਸਾਹਿਬ ਕਹਿ ਰਹੇ ਆ ਅਤੇ ਉੱਥੇ ਆਪਾਂ ਸਾਰੇ ਜਣੇ ਪਹੁੰਚ ਕਰਕੇ ਅਤੇ ਜੋ ਵੀ ਹੈ ਜੋ ਬੈਠ ਕਰਕੇ ਵਿਚਾਰ ਹੋ ਜਾਵੇ ਸਾਰੇ ਜਣੇ ਆਪਾਂ ਇਕੱਤਰ ਹੋ ਕੇ ਬਹਿ ਕਰਕੇ ਉਹਨਾਂ ਦੇ ਨਾਲ ਜਿਹੜੀ ਆਪਾਂ ਵਿਚਾਰ ਕਰ ਸਕਦੇ ਹਾਂ ਵੀ ਤੁਸੀਂ ਕਿਸ ਹਿਸਾਬ ਦੇ ਨਾਲ ਇਹ ਗੱਲ ਕਹਿੰਦੇ ਆ ਬਾਣੀ ਜਿਹੜੀ ਜਾਪ ਸਾਹਿਬ ਹੈ ਤਪ ਸਾਹਿਬ ਸਵਈਏ ਹੈ ਚੌਪਈ ਸਾਹਿਬ ਹੈ ਇਹਦੇ ਵਿੱਚ ਦੱਸੋ ਕਿਹੜੀ ਗੱਲ ਮਾੜੀ ਲੱਗਦੀ ਹੈ ਤੁਹਾਨੂੰ ਹੁਣੇ ਪਤਾ ਲੱਗਿਆ ਹੁਣੇ ਤੁਹਾਨੂੰ ਕਿਤੇ ਕੋਈ ਉੱਤੋਂ ਆ ਕਰਕੇ ਤੁਹਾਨੂੰ ਕਿਸੇ ਨੇ ਗੈਬੀ ਸ਼ਕਤੀ ਦੀ ਆਵਾਜ਼ ਆਈ ਕਿਹੜੀ ਕਿ ਤੁਹਾਨੂੰ ਹੁਣ ਪਤਾ ਹੁਣ ਤੁਸੀਂ ਸਿਆਣੇ ਹੋ ਗਏ ਪਹਿਲਾਂ ਤੁਸੀਂ 40-40 ਸਾਲ ਜਿੰਨੀ ਜਿੰਨੀ ਤੁਹਾਡੀ ਉਮਰ ਹੋ ਗਈ ਸਾਰੀ ਉਮਰ ਤੁਸੀਂ ਕੀਰਤਨ ਕਰਦਾ ਉੱਚੀ ਉੱਚੀ ਸੁਰ ਦੇ ਵਿੱਚ ਦਸਮ ਦੀ ਬਾਣੀ ਦੀ ਆਪਣਾ ਕੀਰਤਨ ਕਰਨਾ ਫਿਰ ਉਹਨੂੰ ਗਾਉਣਾ ਫਿਰ ਉਹਦੀ ਵਿਆਖਿਆ ਕਰਨੀ ਬੜੇ ਜਾਹੋ ਜਲਾਲ ਦੇ ਨਾਲ ਫਿਰ ਹੁਣ ਆ ਕੇ ਉਹਨਾਂ ਨੂੰ ਮਤਲਬ ਵੀ ਉਹਨਾਂ ਦੀ ਜਿਹੜੀ ਹੈਗੀ ਹੁਣ ਆ ਕੇ ਉਹਨਾਂ ਨੂੰ ਪਤਾ ਨਹੀਂ ਕਿਹੜੀ ਕਹਿੰਦੇ ਪਹਿਲਾਂ ਮੈਂ ਗਲਤ ਕਰਦਾ ਰਿਹਾ ਹੁਣ ਮੈਂ ਸਹੀ ਹੋਇਆ ਇਹਦਾ ਮਤਲਬ ਹੁਣ ਮੈਂ ਪੱਕਾ ਸਹੀ ਹਾਂ ਕਿ ਨਹੀਂ ਨਹੀਂ ਹੁਣ ਮਤਲਬ ਇਹ ਗੱਲ ਹੁਣ ਅੱਗੇ ਨਹੀਂ ਸਹੀ ਹੁਣ ਮੈਂ ਸਹੀ ਹੋਇਆ। ਹਾਂ ਸੋ ਇਹ ਬੇਨਤੀ ਹੈ ਕਿ ਆਪਾਂ ਜਿੰਨਾ ਵੀ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਆਪਣੇ ਅਕੀਦੇ ਦੇ ਉੱਤੇ ਆਪਣੇ ਜਿਹੜੇ ਆਪਣਾ ਸਤਿਗੁਰ ਨੇ ਸਾਨੂੰ ਜੋ ਬਾਣੀ ਦਿੱਤੀ ਹੈ ਉਹ 'ਤੇ ਆਪਾਂ ਵੱਧ ਤੋਂ ਵੱਧ ਆਪਾਂ ਗੁਰੂ ਸਾਹਿਬ ਕਿਰਪਾ ਕਰਨ ਬਾਣੀ ਪੜ੍ਹੀਏ ਅਤੇ ਨਾਮ ਜਪੀਏ ਜਿਹਦੇ ਨਾਲ ਕਿ ਸਾਡੀ ਜਿਹੜੀ ਅੰਦਰ ਪਰਪੱਕ ਹੋਵੇਗਾ ਸੋਹਾਈਆਂ ਭੁੱਲਾਂ ਦੀ ਮਾਫ਼ੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਮਾਂ ਸੀਗਾ ਉੱਥੋਂ ਤਾਂ ਪਹਿਲਾਂ ਹੀ ਬਹੁਤ ਓਵਰ ਹੋ ਚੁੱਕੇ ਹਾਂ। ਭਾਈ ਸਾਹਿਬ ਨੇ ਕਿਹਾ ਕਿ ਜਿੱਦਾਂ ਬਹੁਤ ਚੀਜ਼ਾਂ ਜਿਹੜੀਆਂ ਉਹ ਗਲਤ ਅਰਥ ਕੱਢਦੇ ਆ, ਮੈਨੂੰ ਇੱਕ ਗੱਲ ਛੋਟੀ ਜਿਹੀ ਯਾਦ ਆ ਕਿ ਮੇਰਾ ਤਾਂ ਬਹੁਤ ਕੁਛ ਲਿਖਿਆ ਸੀ ਉਹ ਤਾਂ ਰਹਿ ਗਿਆ, ਤੁਹਾਨੂੰ ਸੁਣਨਾ ਪੈਣਾ ਹੁਣ ਦੋ ਦਿਨ। ਅਤੇ ਉਹ ਕਹਿੰਦਾ ਵੀ ਇੱਕ ਲਾਲਚੀ ਕੁੱਤੇ ਵਾਲੀ ਕਹਾਣੀ ਆਉਂਦੀ ਹੁੰਦੀ ਸੀਗੀ ਆਪਾਂ ਨੂੰ ਕਿਤਾਬ ਦੇ ਵਿੱਚ, ਅਤੇ ਉਹ ਲਾਲਚੀ ਕੁੱਤਾ ਕਹਿੰਦਾ ਹੱਡੀ ਪੜ੍ਹਦਾ ਆ ਅਤੇ ਭੱਜਾ ਜਾਂਦਾ ਆ ਅਤੇ ਉਹ ਕੁੱਤੇ ਨੂੰ ਦੇਖਦਾ ਭੌਂਕਦਾ ਆਪਣੀ ਮੈਂ ਹੱਡੀ ਗਵਾ ਲੈਂਦਾ ਅਤੇ ਮਾਸਟਰ ਕਹਿੰਦਾ ਕਹਿੰਦਾ ਵੀ ਇਹਦੀ ਸਿੱਖਿਆ ਕੀ ਨਿਕਲਦੀ ਆ। ਅਤੇ ਉਹ ਜਿਹੜਾ ਧੁੰਦੇ ਵਰਗਾ ਸੀਗਾ ਉਹ ਉੱਠ ਕੇ ਕਹਿੰਦਾ ਵੀ ਜਿਹੜਾ ਚੋਰੀ ਦਾ ਮਾਲ ਜਿੰਨੀ ਛੇਤੀ ਹੋਵੇ ਹੜਪ ਜਾਣਾ ਚਾਹੀਦਾ। ਅਤੇ ਉਹ ਸਿੱਖਿਆ ਤਾਂ ਕੋਈ ਹੋਰ ਹੁੰਦੀ ਆ ਪਰ ਉਹ ਪਤੰਦਰ ਕੱਢ ਕੋਈ ਹੋਰ ਲੈਂਦੇ ਆ। ਸੋ ਸਾਡੇ ਕੋਲ ਇੱਕ ਭਾਈ ਸਾਹਿਬ ਰਹਿ ਗਏ ਨੇ ਮਨਦੀਪ ਸਿੰਘ ਤਰਲਕ, ਉਹਨਾਂ ਕੋਲ ਆਪਾਂ ਇੱਕ ਕਵੀਸ਼ਰੀ ਦੀ ਕਵਿਤਾ ਸੁਣਨੀ ਜਿਹੜੀ ਆ, ਉਹਨਾਂ ਨੇ ਬਹੁਤ ਪਿਆਰੀ ਉਹ ਗਾਉਂਦੇ ਆ ਅਤੇ ਉਸ ਤੋਂ ਬਾਅਦ ਆਪਣੀ ਸਮਾਪਤੀ ਆ ਅਤੇ ਹਿੱਲਿਓ ਕੋਈ ਨਾ, ਮੈਂ ਉਹ ਤੇ ਗੇਟ ਤੇ ਖੜ ਜਾਣਾ ਤੂੰ ਰਾਤ ਬਿਠਾਈ ਰੱਖ ਸਕਦਾ ਜਦੋਂ ਜਦੋਂ ਖੁਰਾਕ ਮਿਲਦੀ ਆ ਮੰਨਦੀ ਫਿਰ ਜਿੰਨਾ ਚਿਰ ਤੱਕ ਬੀਬੀਆਂ ਬੈਠੀਆਂ ਉਹਨਾਂ ਚਿਰ ਤੱਕ ਭਾਈਆਂ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਭਾਈਆਂ ਦੀ ਇਹੋ ਹੀ ਗੱਲ ਹੁੰਦੀ ਹੈ ਕਿ ਸਾਡੀਆਂ ਬੀਬੀਆਂ ਬਾਹਰ ਡਿੱਕਣ ਡੀਆਂ। ਸੋ ਬੀਬੀਆਂ ਨੇ ਬੇਨਤੀ ਆ ਵੀ ਉਹ ਨਾ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਭਾਈ ਸਾਹਿਬ ਦੇ ਵਿਚਾਰ ਸੁਣੇ ਨੇ ਵੀ ਦਸਮ ਗ੍ਰੰਥ ਦੇ ਵਿੱਚ ਕਿੰਨਾ ਜ਼ਿਆਦਾ ਗਿਆਨ ਹੈ ਜਿਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਿਹਨਾਂ ਨੇ ਜਿਹੜੇ ਕਰਤੂਤ ਖਿਲਾਰ ਰਹੇ ਨੇ ਉਹਨਾਂ ਦੀ ਖਾਤਰ ਮੈਂ ਕਵਿਤਾ ਲਿਖੀ ਹੈ ਇੱਕ ਅਤੇ ਇਹਦੇ ਵਿੱਚ ਥੋੜ੍ਹੇ ਜਿਹੇ ਦੋ ਸ਼ਬਦ ਨੇ ਮਾਈਕ ਨੇੜੇ ਕਰੋ ਇੱਧਰ ਆ ਜਾ ਕਵਿਤਾ ਮੈਂ ਸੁਣਨ ਵਾਲੀ ਹੈ।
मैं लिखी कहानी सच्ची है करतूत खलारी दी, हुण आखणगे माड़ा लिख दी कलम लखारी दी। मैं लिखी कहानी सच्ची है करतूत खलारी दी, हुण आखणगे माड़ा लिख दी कलम लखारी दी। दसम ग्रंथ दे एंटी धर्म चो सेके साड़िया नूं, मैं इको रस्से बनूंगा बई सब लगाड़िया नूं। दसम ग्रंथ दे एंटी धर्म चो सेके साड़िया नूं, मैं इको रस्से बनूंगा बई सब लगाड़िया नूं। जेड़े पुत्र प्यो दी लिखत नूं झूठा कहिंदे ने, ओ बागी ना उस पिता दे वारस रहिंदे ने। हराम दया नूं वीरे कह के हाक नी मारी दी, हुण आखणगे माड़ा लिख दी कलम लखारी दी। ओ तेजा सिंह पसौड़ मोरी है गंदे आंड्या दा, ओ कुत्ती चट्टा नहीं छड़दा सेंटर दे भांड्या दा। ए तुंदा तंदा मोरी है जो गंदे आंड्या दा, ए कुत्ती चट्टा नहीं छड़दा सेंटर दे भांड्या दा। गलजीना दा पट्टा खुश ने पूछ हलारे तो, एजेंसियां दा कुत्ता भौंके तड़का मारे तो। फिर बयानबाजी दियां डांगां नाल कमरोड़ खलारी दी, हुणे आखणगे आगी लिख दी कलम लखारी दी। आ दसण जो प्रोफेसर है मसंदां दे टोले दा, नौ निशान सिंह फूक देणगे खलड़े थोड़े दा। आ दसण जो प्रोफेसर है मसंदां दे टोले दा, नौ निशान सिंह फूक देणगे खलड़े थोड़े दा। जुत्तियां खाण वालियां पहलां गल्लां करदे ने, जद अकाल तख्त ते सत्ती दे फिर औणों डरदे ने। ओ जिड सरखिया पुछ भ्यंत दी किवें खलारी दी, हुण आखणगे माड़ा लिख दी कलम लखारी दी। जग जहान दे धोखे झूठे नारी मित्र तों, चरित्रों पखियान च लिखिया बचिए किवें चलित्र तों। जग जहान दे धोखे झूठे नारी मित्र तों, चरित्रों पखियान च लिखिया बचिए किवें चलित्र तों। उदारवां इह जो नकाब उतारन चेहरे चिट्टियां तों, चित विच चित्रकारी करन वालिओ जाणू हो जो सिट्टियां तों। ए सावधानी ए व्याख्या नहीं सिखदी गिरदारी दी, हुणे आखणगे आ की लिखदी कलम लखारी दी। हुणे आखणगे आ की लिखदी कलम लखारी दी। ओ थोड़ी पुठी नीति तारी पैगी बाली सिद्धी है, सिख जगत विच दसम दी होगी फुल प्रसिद्धी है। थोड़ी पुठी नीति तारी हैगी बहुत ही सिद्धी है, सिख जगत विच दसम दी होगी फुल प्रसिद्धी है। गुणवंत लिखत तों, गुणवंत लिखत तो सिखिया लै लई धर्मी बंदिया ने, काम वाशना जाहर करती न धर्मी बंदिया ने। ओ कामियों फेल हो गए परखिया सी ए पर उपकारी दी, हुण सोचणगे आ की लिख दी कलम लखारी दी। हुण सोचणगे माड़ा लिख दी कलम लखारी दी। एक जकारा और गज के लाया जाए, वीर जी ने कमाल करती है। बोले देखो हर जिस तरह साडिया अपने अलग अलग परंपरावां ने, ओह लोग ओह ने जिहड़े पहिलां मराठे सीगे, मराठे सी ना सिखां च आ गए। हुण उहनां नूं शस्त्र देखण दी आदत है, उन्हां नूं फोन देखण दी आदत है, वह देख बिना रह नहीं सकते। जो असीं नैट प्रैक्टिस रोज करते ना, ये उन्हां दी प्रैक्टिस है, ये उन्हां दी अपनी मर्यादा है, ये उन्हां दा अपना तरीका है। पर जिहड़े ये कहिंदे ने कि संत समाज ने जी दसम ग्रंथ वाले ते गौर करे, पंजाब दे दसम ग्रंथ नहीं हैगा ते पंजाब दे संत समाज हैगा जी। देखो ये मैं नहीं करता, मैं भी होना नहीं होना। देखो भुलेखा है ना, देखो जो असं करते हैं वो साड़ी अपनी। हम मैं स्वयं मतलब उठा ने तेन किया, मैंने की पता प्रवान होया कि नहीं होया, ये तो मैंने जरूर दसिया प्रवान होया नहीं होया। हाँ जी,
बहुत बहुत धन्यवाद। सो गज के बुलाओ फते अज की समाप्ति इतने करते हैं आप जी अमदीप भाजी फार्म वाले चलो ठीक है जी वाहिगुरु जी का खालसा। कोई नहीं पिछे सौंग